ਰੱਖੜੀ ਤੇ ਪਰਿਵਾਰ ਗਿਆ ਸੀ ਬਾਹਰ, ਪਿੱਛੋਂ ਘਰ 'ਚ ਵੜ ਗਏ ਚੋਰ, ਲੈ ਉੱਡੇ ਲੱਖਾਂ ਦੇ ਗਹਿਣੇ, ਹੁਣ ਪਿੱਛੋਂ ਰੋ ਰਿਹਾ ਪਰਿਵਾਰ। ਤਾਂ ਦੱਸ ਦਈਏ ਕਿ ਪਰਿਵਾਰ ਰੱਖੜੀ ਦੇ ਲਈ ਆਪਣੇ ਰਿਸ਼ਤੇਦਾਰਾਂ ਦੇ ਘਰ ਗਿਆ ਹੋਇਆ ਸੀ, ਤਾਂ ਪਿੱਛੋਂ ਇੱਕ ਬਜ਼ੁਰਗ ਮਹਿਲਾ ਘਰ ਦੇ ਵਿੱਚ ਇਕੱਲੀ ਸੀ, ਜਿਸ ਤੋਂ ਬਾਅਦ ਇਹ ਚੋਰ ਘਰ ਦੇ ਵਿੱਚ ਵੜਦੇ ਨੇ ਤੇ ਕਰੀਬ 5 ਲੱਖ ਰੁਪਏ ਦੇ ਗਹਿਣੇ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਦੱਸ ਦਈਏ ਕਿ ਮਾਮਲਾ ਸਮਰਾਲਾ ਤੋਂ ਸਾਹਮਣੇ ਆਇਆ, ਜਿੱਥੇ ਬਜ਼ੁਰਗ ਮਹਿਲਾ ਆਪਣੀ ਧੀ ਅਤੇ ਜਵਾਈ ਦੇ ਨਾਲ ਰਹਿੰਦੀ ਹੈ। ਤਾਂ ਰੱਖੜੀਆਂ ਤੇ ਉਸਦੀ ਧੀ ਅਤੇ ਜਵਾਈ ਉਸਦੇ ਸਹੁਰੇ ਘਰ ਗਏ ਹੋਏ ਸੀ, ਜਿਸ ਕਰਕੇ ਮਹਿਲਾ ਘਰ ਦੇ ਵਿੱਚ ਇਕੱਲੀ ਸੀ। ਤਾਂ ਇਹ ਚੋਰ ਰਾਤ ਸਮੇਂ ਘਰ ਦੇ ਵਿੱਚ ਵੜਦੇ ਨੇ ਤੇ ਘਰ ਦੇ ਵਿੱਚ ਅਲਮਾਰੀ ਦੇ ਵਿੱਚ ਗਹਿਣੇ ਪਏ ਹੁੰਦੇ ਨੇ, ਜਿਸ ਦੀ ਮਹਿਲਾ ਦੇ ਵੱਲੋਂ ਕੀਮਤ ਕਰੀਬ 5 ਲੱਖ ਰੁਪਏ ਦੱਸੀ ਗਈ ਹੈ, ਤੇ ਨਾਲ ਹੀ 5000 ਰੁਪਏ ਵੀ ਇਹਨਾਂ ਦੇ ਵੱਲੋਂ ਚੋਰੀ ਕੀਤੇ ਗਏ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਜਿਵੇਂ ਹੀ ਇਹ ਬਜ਼ੁਰਗ ਮਹਿਲਾ ਜਾ ਕੇ ਵੇਖਦੀ ਹੈ ਤਾਂ ਅਲਮਾਰੀ ਉਹਨਾਂ ਦੀ ਖੁੱਲੀ ਹੁੰਦੀ ਹੈ ਤੇ ਸਾਰਾ ਸਮਾਨ ਬਿਖਰਿਆ ਹੁੰਦਾ ਹੈ, ਜਿਸ ਨੂੰ ਵੇਖ ਕੇ ਉਹ ਹੱਕੀ ਬੱਕੀ ਰਹਿ ਜਾਂਦੀ ਹੈ ਤੇ ਫਿਰ ਪੁਲਿਸ ਨੂੰ ਇਸ ਸੰਬੰਧੀ ਸੂਚਿਤ ਕੀਤਾ ਜਾਂਦਾ ਹੈ। ਤਾਂ ਦੱਸ ਦਈਏ ਕਿ ਮੌਕੇ ਤੇ ਪੁਲਿਸ ਦੇ ਵੱਲੋਂ ਪਹੁੰਚ ਕੀਤੀ ਜਾਂਦੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਨੇ ਤਾਂ ਰੱਖੜੀਆਂ ਦੇ ਤਿਉਹਾਰ ਤੇ ਵੀ ਇਹਨਾਂ ਦੇ ਵੱਲੋਂ ਵੱਡੀ ਚੋਰੀ ਤਾਂ ਰੱਖੜੀਆਂ ਦੇ ਤਿਉਹਾਰ ਤੇ ਵੀ ਇਹਨਾਂ ਦੇ ਵੱਲੋਂ ਵੱਡੀ ਵਾਰਦਾਤ ਕੀਤੀ ਗਈ ਹੈ, ਜਿੱਥੇ ਇਕੱਲੀ ਬਜ਼ੁਰਗ ਮਹਿਲਾ ਘਰ ਦੇ ਵਿੱਚ ਹੁੰਦੀ ਹੈ ਤਾਂ ਇਹਨਾਂ ਦੇ ਵੱਲੋਂ ਅੰਦਰ ਵੜ ਕੇ 5 ਲੱਖ ਰੁਪਏ ਦੇ ਗਹਿਣੇ ਚੋਰੀ ਕੀਤੇ ਗਏ ਤੇ ਫਿਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਸਾਡੇ ਘਰ ਵਿੱਚ ਵੀਰੇ ਚੋਰੀ ਕੀਤੀ ਗਈ ਆ, ਜਿਹੜੀ ਕਿ 1:30 ਵਜੇ ਦੇ ਵਿੱਚ ਹੋਈ ਆ। ਇਹ ਚੋਰ ਸਾਡਾ ਸਭ ਕੁਛ ਲੁੱਟ ਕੇ ਲੈ ਗਏ, ਸਾਡੀਆਂ ਅਲਮਾਰੀਆਂ ਪਾੜੀਆਂ, ਸਾਡੀਆਂ ਸਾਰੀਆਂ ਟੁੰਬਾ ਵਾਲਾ ਬੈਗ ਹੀ ਲੈ ਗਏ, ਪੈਸੇ ਵੀ ਲੈ ਗਏ ਸਾਡੇ। ਇਹ ਇਹਦੇ ਵਿੱਚ ਵੀਰੇ ਇੱਕ ਤਾਂ ਸੀਗਾ ਆਪਣਾ 1.5 ਤੋਲੇ ਦਾ ਕੜਾ ਤੇ 2 ਤੋਲੇ ਦੀਆਂ ਚੂੜੀਆਂ ਸੀ, 2 ਕਿੱਟੀ ਸੈੱਟ ਸੀਗੇ ਤੇ 6 ਮੁੰਦੀਆਂ ਸੀਗੀਆਂ ਤੇ ਬਾਕੀ ਮੇਰੇ ਬੱਚਿਆਂ ਦਾ ਸਮਾਨ ਵੀ ਸੀਗਾ ਵੀਰੇ ਵਿੱਚ। ਨਹੀਂ ਵੀ ਕੈਸ਼ ਵਗੈਰਾ ਤਾਂ ਵੀਰੇ ਕੁਛ ਨਹੀਂ ਸੀ, 4000 ਰੁਪਇਆ ਇਸ ਅਲਮਾਰੀ ਦੇ ਵਿੱਚ ਸੀਗਾ ਜਿਹੜਾ ਇਹਨਾਂ ਨੇ ਕੱਢਿਆ ਮਾਤਾ ਦਾ, ਤੇ ਸਾਰਾ ਬੈਗ ਫੋਲ ਕੇ ਲੈ ਗਏ। ਅਸੀਂ ਤਾਂ ਵੀਰੇ ਕੱਲ 12 ਵਜੇ ਦੁਪਹਿਰੇ 12 ਵਜੇ ਮੈਂ ਆਪਣੇ ਸਹੁਰੇ ਘਰ ਪਹੁੰਚ ਗਈ ਸੀਗੀ ਤੇ ਮੇਰੇ ਮਾਤਾ ਜੀ ਰਾਤ ਨੂੰ ਕੱਲੇ ਸੀਗੇ। ਇਹ ਸਾਡੇ ਗੁਆਂਢੀ ਆਏ ਤਾਂ ਇਹ ਵੀਰਾ ਕਹਿੰਦਾ ਵੀ ਕੋਈ ਗੱਲ ਨੀ ਚਾਚੀ ਤੁਸੀਂ ਇੱਧਰ ਪੈ ਜਾਓ ਵੀ ਤੁਸੀਂ ਕੱਲੇ ਹੋ, ਤਾਂ ਇਹਨਾਂ ਨੇ ਰਾਤ ਨੂੰ ਇਹ ਕੰਮ ਕੀਤਾ ਵੀਰੇ। ਹਾਂਜੀ ਵੀਰੇ ਇਹ 1:05 ਤੇ ਆਏ ਨੇ, ਇਹਨਾਂ ਨੇ 3 ਗੇੜੇ ਵੀ ਮਾਰੇ ਨੇ ਤੇ 3 ਗੇੜੇ ਮਾਰਨ ਤੋਂ ਬਾਅਦ ਵਿੱਚ ਚੋਰੀ ਹੋਈ ਹੈ। ਕਿੰਨੇ ਕੁ ਵਜੇ ਤੁਸੀਂ ਵਾਪਸ ਆਏ ਘਰੇ? ਵੀਰੇ ਮੈਂ ਘਰ ਨਹੀਂ ਸੀਗੀ, ਮੈਂ ਤਾਂ ਸਵੇਰੇ ਪਹੁੰਚੀ ਆਂ ਦੀ 6:30 ਵਜੇ, ਮਾਤਾ ਆਏ ਸੀਗੇ 5:30 ਵਜੇ ਗੇੜਾ ਮਾਰਨ ਵੀ। ਚਲੋ ਗੁਰਦੁਆਰਾ ਸਾਹਿਬ ਲੱਗ ਗਿਆ ਤਾਂ ਦੇਖਿਆ ਮਾਤਾ ਨੇ ਸਾਰੇ ਦਰਵਾਜੇ ਖੁੱਲੇ ਸੀ, ਮੇਨ ਗੇਟ ਵੀ ਖੁੱਲਾ ਸੀ। ਹਾਂਜੀ ਹਾਂਜੀ ਵੀਰੇ ਮੈਂ ਰੱਖੜੀ ਬੰਨਣ ਗਈ ਸੀ, ਇੱਕ ਬੇਟਾ ਮੇਰੇ ਕੋਲ ਆ, ਇੱਕ ਮੇਰਾ ਉੱਥੇ ਮੇਰੇ ਸਹੁਰੇ ਘਰ ਆ ਜੀ, ਟਵਿੰਸ ਸੀਗੇ ਇਹ। ਹਾਂਜੀ ਕੱਲ ਰਾਤ ਦੀ ਘਟਨਾ? ਹਾਂਜੀ ਕੱਲ ਰਾਤ ਦੀ ਘਟਨਾ ਜੀ। ਵੀਰੇ ਇਹਨਾਂ ਉੱਤੇ ਕਾਨੂੰਨੀ ਕਾਰਵਾਈ ਕਰੀ ਜਾਵੇ, ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਕਿਸੇ ਹੋਰ ਧੀ ਭੈਣ ਦੇ ਘਰ ਚੋਰੀ ਨਾ ਹੋਵੇ। ਹਾਂਜੀ ਹਾਂਜੀ ਸਾਰੇ ਆਏ ਸੀਗੇ ਜੀ, ਪੁਲਿਸ ਦੀ ਸਾਰੀ ਟੀਮ ਆਈ ਸੀਗੀ, ਬਹੁਤ ਵਧੀਆ ਉਹਨਾਂ ਨੇ ਸਾਡੇ ਨਾਲ ਬਿਹੇਵ ਕਰਿਆ, ਵਿਚਾਰੇ ਤਸੱਲੀ ਦੇ ਕੇ ਗਏ ਨੇ ਤਾਂ ਉਹ ਕਹਿੰਦੇ ਸੀ ਫਿੰਗਰ ਪ੍ਰਿੰਟ ਵਾਲੇ ਬੰਦੇ ਆਉਣਗੇ ਵੀ ਤੁਸੀਂ ਕੋਈ ਸਮਾਨ ਨਹੀਂ ਚੱਕਣਾ। ਕੱਢਣਾ ਬਸ ਆਈ, ਮੈਂ ਤਾਂ ਇੱਧਰ ਪੈ ਗਈ ਸੀਗੀ ਜੀ, ਮਾਂ ਕੇ ਸਵੇਰੇ ਦੇਖਿਆ ਤੇ ਗੇਟ ਕਨ ਸਾਰੇ ਦਰਵਾਜ਼ੇ ਖੁੱਲੇ ਸੀਗੇ, ਮੈਂ ਤਾਂ ਰੋਂਦੀ ਕਰਾਉਂਦੀ ਪਿੱਛੇ ਹੀ ਮੁੜ ਗਈ, ਜਾਂ ਮੈਂ ਦੇਖਿਆ ਸਾਰਾ ਕੁਝ ਲੁੱਟ ਕੇ, ਮੈਂ ਤਾਂ ਦੇਖਿਆ, ਮੈਂ ਕਿਹਾ ਪਹਿਲਾਂ ਲਵਾਰੀ ਪਾਉਂਦੀ ਮੈਂ ਕਿਹਾ ਮੇਰਾ ਕੀ ਚੱਕ ਲਿਆ, ਤੇ ਦੇਖਿਆ ਉੱਥੇ ਬੈਗ ਨਹੀਂ ਸੀ, ਉੱਥੇ ਮੇਰਾ ਬੈਗ ਗਿਆ, ਲੈ ਕੇ ਜਾ ਕੇ ਏਡਾ ਬੜਾ ਬੈਗ ਨਹੀਂ ਡੁੰਬਾ ਨਾ ਮੇਰਾ। ਬਾਕੀ ਪਰਿਵਾਰ ਦੇ ਮੈਂਬਰ ਕਿੱਥੇ ਸੀ ਮਾਤਾ ਜੀ? ਇਹ ਆਪਣੇ ਭੈਣਾਂ ਗਏ ਹੋਏ ਸੀਗੇ, ਲੱਕੜੀ ਬੰਨਣ ਗਏ, ਮੈਂ ਘਰ ਇਕੱਲੀ ਹੋ ਸੀਗੀ। ਕੱਲ ਕਿੰਨੇ ਵਜੇ ਗਏ ਸੀਗੇ? ਕੱਲ ਇਹ ਗਏ ਆ 11:00। ਇੱਕ ਕਿੱਟੀ ਸੈੱਟ ਸੀਗਾ, ਕਿਸੇ ਉਹਨੇ ਦਾ ਕੜਾ ਵੀ ਸੀਗਾ, ਮੇਰੇ ਚ ਮੁੱਲੀਆਂ ਵਾਲੇ ਕਾਂਟੇ ਵੀ ਤੇ ਇੱਕ ਹਾਰ ਵੀ ਸੀਗਾ ਮੇਰਾ,
ਤੇ ਪੈਰਾਂ ਦੀਆਂ ਵੀ ਤੇ ਬੱਚਿਆਂ ਦੀਆਂ ਵੀ ਸੀਗੀਆਂ ਟੁੰਬਾ ਛੇ ਮੁੰਦੀਆਂ ਸੀਗੀਆਂ ਚੋਰੀ ਹੋਈ ਸੰਸ ਪਰ ਮੈਂ ਮੌਕੇ ਤੇ ਪੁੱਜਿਆ ਸੀਗਾ ਸਾਰਾ ਹਾਲਾਤ ਦੇਖ ਲਿਆ ਆਪਾਂ ਜੀ ਤੇ ਤਬਦੀਲੀ ਜਾਰੀ ਆ ਜੀ ਮੁਰਜਮ ਜਲਦੀ ਤੋਂ ਫੜੇ ਜਾਣਗੇ ਬਾਕੀ ਜੋ ਚੋਰੀ ਹੋਇਆ ਸਮਾਨ ਇਹਨਾਂ ਤੋਂ ਆਪਾਂ ਲਿਸਟ ਲੈਣੀ ਆ ਹਲੇ ਜੀ ਫਿਰ ਐਫ ਆਈ ਆਰ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਉਣੀ ਆ ਕਿ ਸੀਸੀਟੀਵੀ ਫੁਟੇਜ ਵਗੈਰਾ ਤੋਂ ਕੈਪਚਰ ਹੋਇਆ ਜੀ ਕੁਝ ਅਸੀਂ ਕਰ ਰਹੇ ਹਾਂ ਤੇ ਜੇ ਕਿਤੇ ਕਿਉਂ ਲੱਗ ਗਿਆ ਤਾਂ ਆਪਾਂ ਜ਼ਰੂਰ ਆਪਾਂ ਫੜਾਂਗੇ ਤਾਂ ਜੀ ਮੁਰਲੀ ਡੰਡ ਬੋਲ ਕੇ ਕਿੰਨੇ ਕਿ ਦੀ ਚੋਰੀ ਹੋ ਸਕਦੀ ਹੈ ਚੋਰੀ ਇਹ ਤਾਂ ਹੁਣ ਉਹਨਾਂ ਦੇ ਲਿਸਟ ਆਉਣ ਦੇ ਮੁਤਾਬਕ ਫਿਰ ਆਪਾਂ ਪਤਾ ਕਰਕੇ ਤੁਹਾਨੂੰ ਸਾਰਾ ਕੁਝ ਦੱਸ ਦੇਵਾਂਗੇ ਸਾਨੂੰ ਹਲੇ ਲਿਸਟ ਮਿਲੀ ਨਹੀਂ ਹੈਗੀ ਕੀ ਕੀ ਚੋਰੀ ਹੋਇਆ ਬਣਾ ਰਹੇ ਆ ਜੀ ਪਤਾ ਲੱਗਿਆ ਜੀ ਕਿੰਨੇ ਕੁ ਵਜੇ ਦੀ ਘਟਨਾ ਹੈ ਇਹ ਕਰੀਬ ਰਾਤ 1:30 ਵਜੇ ਦੀ ਘਟਨਾ ਦੱਸ ਰਿਹਾ ਆਪਾਂ ਦੇ ਪਰਿਵਾਰਕ ਮੈਂਬਰ ਕੀ ਰੱਖੜੀ ਵਗੈਰਾ ਬੰਨਣ ਗਏ ਹਾਂ ਪਰਿਵਾਰਕ ਮੈਂਬਰ ਰੱਖੜੀ ਬੰਨਣ ਗਏ ਸੀਗੇ ਇੱਕ ਲੇਡੀ ਸੀਗੀ 60 ਸਾਲ ਦੀ ਉਹ ਘਰ ਵਿੱਚ ਇਕੱਲੀ ਹੋਣ ਕਰਕੇ ਉਹ ਕਿ ਗੁਆਂਢੀਆਂ 'ਤੇ ਸੌ ਗਈ ਅਤੇ ਘਰ 'ਚ ਕੋਈ ਨਹੀਂ ਸੀਗਾ ਜਦੋਂ ਉਹਨੇ ਸਵੇਰੇ 5:30 ਵਜੇ ਜਾ ਕੇ ਦੇਖਿਆ ਤਾਂ ਤਾਲੇ ਟੁੱਟੇ ਹੋਏ ਸੀਗੇ ਬਾਕੀ ਅਗਲੀ ਤਬਦੀਲੀ ਚੱਲ ਰਹੀ ਹੈ ਜੋ ਵੀ ਕਾਰਵਾਈ ਅਮਲ ਵਿੱਚ ਲਿਆਉਂਦੀ ਜਾਊਗੀ।